सत श्रीकाल जी, तुसीं देख रहे हो ए जी अमृतसर पंजाब न्यूज़ चैनल, न्यूज़ चैनल तो अमरजीत सिंह। जिस तरह कि हर साल गुरु नानक देव यूनिवर्सिटी में इलैक्शन होंदिया ने, तो इस बार भी इलैक्शन शुरू होने वाली ने, तो गलबात करते हैं सर होरां दे नाल। सत श्रीकाल जी। सर सब तो पहले अपना नाम दसो, तो फिर आप गलबात करते। सर मेरा नाम हरदीप सिंह नागरा, प्रेजिडेंट नॉन टीचिंग इंप्लाई एसोसीएशन। साड़ी ये साल 2022-23 लई चुने गए सी, साड़ी पूरी दी पूरी टीम। हाँ जी सर, जी इलेक्शन अज उस बारे की कहना चाहते हो? सर इलेक्शन साढ़े नॉन टीचिंग दी हर साल ही होंदियां ने, साल अक्तूबर के महीने दे विच, ते नैचुरली गल है इस अक्तूबर दे विच भी हो जा रही ने। ते असी 20-22, 20-21 ते 21-22 दे विच साड़ी टीम जिहड़ी है वह हार गई सी, ते उहदे विच 2 सालां दे विच मुलाजमां ने जो साडे एसोसीएशन ने चुनी हुई जथेबंदी ने जिहड़े गलत तरीके नाल अथॉरिटी नाल बगैर गलबात कीतियां, टेबल टॉक कीतियां, इह जिहे मसले पैदा कर दिते सी जिहड़े सानू इस साल मतलब कि इन्ने औखे तरीके नाल कराउणे पए ने। ते लगभग असी इस साल दे विच 11 AR बनाए ने जी, जिहदे विच 2 PA ते बने ने, ते 15 निगरान बनाए ने, 2 सिस्टम एडमिनिस्ट्रेटर बनाए ने, 1 सिस्टम मैनेजर बनाया। इस तरीके नाल घट्टो घट 22-23 सीनियर सहायक बनाए ने, 5 सीनियर टैक्नीशियन बनाए ने, 28 टैक्नीशियन बनाए ने, इदे 8 दफ्तरी बनाए ने, 1 कंप्यूटर ऑपरेटर बनाया। ਮਤੀ ਮੈਕਸੀਮਮ ਜਿਹੜੀਆਂ ਪ੍ਰਮੋਸ਼ਨਾਂ ਨੇ ਹੁਣ ਤੱਕ ਲਗਭਗ ਉਹ ਕਰਵਾ ਚੁੱਕੇ ਹਾਂ, 1-2 ਪ੍ਰਮੋਸ਼ਨ ਜਿਹੜੀ ਹੈ ਸਾਡੀ ਉਹ ਰਹਿੰਦੀ ਪਈ ਹੈ। ਅਤੇ ਇਸ ਤੋਂ 2 ਸਾਲ ਪਹਿਲਾਂ ਸਾਡੇ ਇੱਕ ਚਿੱਠੀ ਪੱਤਰ ਸਰਕਾਰ ਨਾਲ ਚੱਲ ਪਿਆ ਸੀਗਾ, ਜਿਹਦੇ ਸੰਬੰਧ ਵਿੱਚ ਸਾਡੇ ਲਗਾਤਾਰ 2 ਸਾਲ ਪਿਛਲੇ ਸਾਡੇ ਤੋਂ ਪਹਿਲਾਂ ਜਿਹੜੇ ਜਥੇਬੰਦੀ ਰਹੀ ਹੈ 2 ਸਾਲ ਇਸ ਚੀਜ਼ ਨੂੰ ਇੰਨਾ ਕੁ ਲਮਕਾਇਆ ਵੀ ਸਾਡੇ ਕਰਮਚਾਰੀਆਂ ਦੀਆਂ ਜਿਹੜੀਆਂ ਤਰੱਕੀਆਂ ਨੇ ਪਿਛਲੇ 2 ਸਾਲ ਹੋ ਨਹੀਂ ਸਕੀਆਂ, ਜਿਹਦੇ ਨਾਲ ਇੱਕ ਸੋਸ਼ਲ ਤਾਂ ਘਾਟਾ ਸਾਨੂੰ ਪੈਂਦਾ ਹੀ ਆ, ਆਰਥਿਕ ਤੌਰ 'ਤੇ ਬਹੁਤ ਘਾਟਾ ਪੈਂਦਾ ਆ। ਕਿਉਂਕਿ ਨੋਨ ਟੀਚਿੰਗ ਦੇ ਵਿੱਚ ਜਿੱਦਣ ਔਡਰ ਹੁੰਦੇ ਨੇ ਉਦੋਂ ਤੋਂ ਹੀ ਪਲੇਸਮੈਂਟ ਮੰਨਦੇ ਹਾਂ, ਉਦੋਂ ਤੋਂ ਤਰੱਕੀ ਮੰਨਦੇ ਹਾਂ, ਪਰ ਜਿਹੜੇ ਸਾਡੀ ਜਥੇਬੰਦੀ ਪੁਰਾਣੀ ਸੀ ਉਹਨਾਂ ਨੇ ਮਤਲਬ ਕਿ ਇਸ ਤਰੀਕੇ ਨਾਲ ਅਥਾਰਟੀ ਨਾਲ ਬਹਿ ਕੇ ਗੱਲ ਨਹੀਂ ਕੀਤੀ, ਕਿਉਂਕਿ ਇੱਕ ਚਿੱਠੀ ਆਉਣੀ ਸੀ ਕਿ ਸਰਕਾਰ ਵੱਲੋਂ ਜਿਹੜੀ ਬਹੁਤ ਲੇਟ ਕਰਤੀ ਹੈ, 2.5 ਸਾਲ ਦਾ ਸਮਾਂ ਸਾਨੂੰ ਉਸ ਚੀਜ਼ ਨੂੰ ਕਰਵਾਉਣ ਵਾਸਤੇ ਲੱਗਿਆ ਆ। ਪਰ ਮੈਨੂੰ ਇੱਥੇ ਦੱਸਦਿਆਂ ਖੁਸ਼ੀ ਵੀ ਹੁੰਦੀ ਹੈ, ਜਦੋਂ ਸਾਡੇ ਜਥੇਬੰਦੀ ਪਿਛਲੀ ਅਕਤੂਬਰ 'ਚ ਜਿੱਤ ਕੇ ਆਈ ਸੀਗੀ, ਅਸੀਂ ਨਾਲ ਦੇ ਨਾਲ ਵਿਦਆਊਟ ਐਨੀ ਲੈਟਰ ਜੋ ਸਰਕਾਰ ਵੱਲੋਂ ਚਿੱਠੀ ਆਉਣੀ ਸੀ ਉਹ 'ਤੇ ਚਿੱਠੀ ਤੋਂ ਬਗੈਰ ਹੀ ਘੱਟੋ ਹੀ 22-23 ਪ੍ਰਮੋਸ਼ਨਾਂ ਕਰਵਾ ਚੁੱਕੇ ਸੀਗੇ। ਜਦੋਂ ਚਿੱਠੀ ਆਈ ਹੈ ਤਾਂ ਲਗਭਗ ਫਿਰ ਤਾਂ ਲਗਭਗ ਸਾਰੀਆਂ ਹੋ ਗਈਆਂ ਨੇ, ਹੁਣ 1-2 ਰਹਿੰਦੀਆਂ ਨੇ, ਉਹ ਪ੍ਰੋਸੈਸ ਚੱਲਦਾ ਪਿਆ ਆ। ਮੈਨੂੰ ਯਕੀਨ ਆ ਵੀ ਅਥਾਰਟੀ ਸਾਡੀ ਬੜੀ ਇਹੋ ਜਿਹੇ ਕੰਮ ਵਾਸਤੇ ਬਹੁਤ ਦਿਆਵਾਨ ਆ, ਕਿਉਂਕਿ ਵਧੀਆ ਤਰੀਕੇ ਨਾਲ ਮੁਲਾਜ਼ਮਾਂ ਨੇ ਕੰਮ ਵੀ ਬਹੁਤ ਕਰਦੀ ਹੈ, ਅਤੇ ਮੁਲਾਜ਼ਮਾਂ ਦੇ ਹੱਕ 'ਚ ਸਾਡੀ ਅਥਾਰਟੀ ਵੀ ਬੜੀ ਵਧੀਆ ਤਰੀਕੇ ਨਾਲ ਆਉਂਦੀ ਹੈ। ਕਿਉਂਕਿ ਤੁਹਾਨੂੰ ਪਤਾ ਪਿੱਛੇ ਜੇ ਨੈਕ ਦੇ ਇੱਕ ਪੰਜਾਬ ਲੈਵਲ ਦਾ ਨਹੀਂ ਇੰਡੀਆ ਲੈਵਲ ਦਾ ਇੱਕ ਗਿਣਮਿਣਤਾ ਹੁੰਦੀ ਹੈ, ਜਿਹਦੇ ਵਿੱਚ 3.85 ਨੰਬਰ ਲੈ ਕੇ ਯੂਨੀਵਰਸਿਟੀਆਂ ਦੇ ਵਿੱਚੋਂ ਅਸੀਂ ਪਹਿਲੇ ਨੰਬਰ 'ਤੇ ਰਹੇ ਸੀ। ਉਹ ਇਸ ਹੈ ਕੋਈ ਵਧੀਆ ਦ੍ਰਿਸ਼ਟੀਕੋਣ, ਵਧੀਆ ਅੱਗੇ ਆਗੂ ਲੱਗਿਆ ਹੋਇਆ ਸਾਡਾ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਜੀ, ਜਿਨ੍ਹਾਂ ਦੀ ਨਿਰਦੇਸ਼ 'ਤੇ ਬਹੁਤ ਸੋਹਣੀ ਯੂਨੀਵਰਸਿਟੀ ਤਰੱਕੀ ਕਰਦੀ ਪਈ ਆ। ਉਹਨੂੰ ਵੇਖਦੇ ਹੋਇਆ ਸਾਡੇ ਮੁਲਾਜ਼ਮ ਵੀ ਬਹੁਤ ਵਧੀਆ ਕੰਮ ਕਰਦੇ ਨੇ, ਠੀਕ ਹੈ ਤਰੱਕੀ ਦੇ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਕਰਾ ਦਿੱਤੀ ਗਈ। ਸਰ ਇਸ ਟਾਈਮ ਜਿਵੇਂ ਕਿ ਇਲੈਕਸ਼ਨਾਂ ਆ ਰਹੀਆਂ ਵਾ, ਕਿਸ ਤਰ੍ਹਾਂ ਤੁਸੀਂ ਉਹਨੂੰ ਲੈ ਕੇ ਚੱਲ ਰਹੇ? ਦੇਖੋ ਜੀ ਇਲੈਕਸ਼ਨਾਂ ਦਾ ਨੈਚੁਰਲੀ ਗੱਲ ਆ, ਇੱਕ ਇਮਤਿਹਾਨ ਹੀ ਹੁੰਦਾ ਆ, ਕਰਮਚਾਰੀਆਂ ਨੇ ਕਿਹੜੇ ਪਾਸੇ ਬਹਿਣਾ ਆ ਇਹ ਤਾਂ ਕਰਮਚਾਰੀਆਂ ਨੂੰ ਬਿਹਤਰ ਪਤਾ ਹੁੰਦਾ ਆ। ਪਰ ਮੈਨੂੰ ਯਕੀਨ ਆ ਜਿਸ ਹਿਸਾਬ ਨਾਲ ਅਸੀਂ ਹਰ ਕੇਡਰ ਦੇ ਹਰ ਕਰਮਚਾਰੀਆਂ ਦੇ ਕੰਮ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ, ਅਤੇ ਨੈਚੁਰਲੀ ਗੱਲ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ ਜਿਹੜੀ ਹੁੰਜਾ ਫਿਰ ਜਿੱਤ ਸਾਨੂੰ ਮਿਲੇਗੀ, ਨੈਚੁਰਲੀ ਗੱਲ ਹੈ, ਅਤੇ ਦੋ ਰਾਏ ਨਹੀਂ ਹੈਗੀ ਕੋਈ ਜੀ। ਬਿਲਕੁਲ ਜਿਸ ਹਿਸਾਬ ਨਾਲ ਜੇ ਲੋਕਾਂ ਦੇ ਕੰਮਾਂ 'ਤੇ ਅਸੀਂ ਖਰੇ ਉਤਰੇ ਹਾਂ, ਜੇ ਪਿਛਲੇ 2.5 ਸਾਲਾਂ 'ਚ ਕੰਮ ਨਹੀਂ ਹੋਇਆ, ਜੇ ਅਸੀਂ ਕੰਮ ਕਰਾ ਕੇ ਦਿੱਤਾ ਲੋਕਾਂ ਦੇ ਕਰਮਚਾਰੀਆਂ ਦਾ ਕੰਮ ਕੀਤਾ ਆ, ਇਮਾਨਦਾਰੀ ਨਾਲ ਕੰਮ ਕੀਤਾ ਆ, ਸਾਡੀ ਜਥੇਬੰਦੀ ਦਾ ਇੱਕ ਰੂਲ ਹੈਗਾ ਅਸੀਂ ਕੋਈ ਪਰਸਨਲ ਕੰਮ ਲੈ ਕੇ ਨਹੀਂ ਚੱਲਦੇ, ਠੀਕ ਆ। ਜਦੋਂ ਅਥਾਰਟੀ ਕਰਮਚਾਰੀਆਂ ਦਾ ਕੰਮ ਕਹੂਗੀ ਅਥਾਰਟੀ ਨੂੰ, ਅਥਾਰਟੀ ਵੀ ਥੋੜ੍ਹੀ ਔਖੀ ਭਰੀ ਹੁੰਦੀ ਆ ਵੀ ਤੁਸੀਂ ਹਰ ਟਾਈਮ ਕੰਮ ਹੀ ਕਹਿੰਦੇ ਹੋ। ਨੈਚੁਰਲੀ ਗੱਲ ਆ ਜੇ ਮੁਲਾਜ਼ਮਾਂ ਦੇ ਜਦੋਂ ਆਪਣੇ ਸਿਰ ਤੋਂ ਪਾਣੀ ਲੰਘ ਜਾਂਦਾ ਆ, ਫਿਰ ਐਸੋਸੀਏਸ਼ਨ ਹੁੰਦੀ ਆ ਜਿਹੜੀ ਅਗਾਂਹ ਜਾ ਕੇ ਅਥਾਰਟੀ ਨਾਲ ਗੱਲਬਾਤ ਕਰਕੇ ਉਹਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੀ ਆ,
ਜੇ ਉਹਦੇ ਵਿੱਚ ਨਹੀਂ ਵੀ ਹੁੰਦਾ ਸਾਨੂੰ ਮਾੜਾ ਮੋਟਾ ਕੁਛ ਕਰਨਾ ਵੀ ਪੈਂਦਾ ਆ, ਕਰਨਾ ਵੀ ਪੈਂਦਾ ਆ, ਨੈਚੁਰਲੀ ਗੱਲ ਆ। ਉਹ ਅਸੀਂ ਆ ਪਿਛਲੇ ਸਾਲ ਦੇ ਵਿੱਚ 2-3 ਐਜੀਟੇਸ਼ਨ ਕੀਤੇ ਕਾਫੀ ਵੱਡੇ ਲੈਵਲ 'ਤੇ, ਰੋਸ ਮੁਜ਼ਾਹਰੇ ਕੀਤੇ ਆ, ਅਤੇ ਉਹਦਾ ਸਾਨੂੰ ਨਤੀਜਾ ਮਿਲਿਆ ਆ। ਨੈਚੁਰਲੀ ਸਾਰੀਆਂ ਪ੍ਰਮੋਸ਼ਨਾਂ ਹੋਈਆਂ ਨੇ, ਉਹ ਦਬਾਅ ਪਾਇਆ ਸੀ ਚਿੱਠੀ ਲਿਆਉਣ ਦੇ ਵਿੱਚ, ਉਹ ਚਿੱਠੀ ਵੀ ਸਾਡੀ ਆਈ ਆ, ਅਤੇ ਅਸੀਂ ਧੰਨਵਾਦੀ ਹਾਂ ਵਾਈਸ ਚਾਂਸਲਰ ਸਾਹਿਬ ਦੇ ਵੀ, ਰਜਿਸਟਰ ਸਾਹਿਬ ਦੇ, ਅਤੇ ਖਾਸ ਕਰਕੇ ਅਸੀਂ ਕਰਮਚਾਰੀਆਂ ਨੂੰ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਉਹ ਚਿੱਠੀ ਲਿਆਉਣ ਤੱਕ ਉਹਨਾਂ ਨੇ ਸਬਰ ਵੀ ਰੱਖਿਆ, ਅਤੇ ਸਾਡਾ ਘਰ ਗਿਆ ਨੇ ਸਾਡਾ ਚਿੱਠੀ ਲਿਆਉਣ ਵਿੱਚ ਮਦਦ ਵੀ ਕੀਤੀ। ਜੀ ਧੰਨਵਾਦ ਸਰ, ਥੈਂਕ ਯੂ।